ਬਿਮਾਰੀ ਦਾ ਪ੍ਰਕੋਪ ਹੁਣ ਪੰਜਾਬ ਦੇ ਵਿੱਚ ਦਿਨੋ ਦਿਨ ਵਧਦਾ ਜਾ ਰਿਹਾ ਹੈ। ਰਾਜ ਸਰਕਾਰ ਅਤੇ ਸਿਹਤ ਵਿਭਾਗ ਵੀ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਲੈ ਕੇ ਕਾਫੀ ਗੰਭੀਰ ਦਿਖਾਈ ਦੇ ਰਹੇ ਨੇ। ਉੱਥੇ ਹੀ ਜ਼ਿਲ੍ਹਾ ਕਪੂਰਥਲਾ ਵਿੱਚ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕਾਕਾ ਵੱਲੋਂ ਕੋਰੋਨਾ ਮਹਾਮਾਰੀ ਦਾ ਟੈਸਟ ਕੈਂਪ ਲਗਵਾਉਣ ਦੀ ਮੰਗ ਤੋਂ ਬਾਅਦ ਕਪੂਰਥਲਾ ਸਿਹਤ ਵਿਭਾਗ ਦੇ ਸਹਿਯੋਗ ਨਾਲ ਮੁਹੱਲਾ ਕੇਸਰੀ ਬਾਗ ਖੇਤਰ ਵਿੱਚ ਕੋਰੋਨਾ ਦਾ ਟੈਸਟ ਕਰਵਾਉਣ ਦਾ ਮੈਡੀਕਲ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਸਿਹਤ ਵਿਭਾਗ ਨੇ ਖੇਤਰ ਦੇ ਲੋਕਾਂ ਨੂੰ ਘਰ ਘਰ ਜਾ ਕੇ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕੀਤਾ, ਲੋਕਾਂ ਨੂੰ ਆਪਣਾ ਟੈਸਟ ਕਰਵਾਉਣ ਦੀ ਅਪੀਲ ਕੀਤੀ। ਉੱਥੇ ਹੀ ਉਹਨਾਂ ਦਾ ਮੁਫਤ ਕੋਰੋਨਾ ਟੈਸਟ ਸੈਂਪਲ ਲਿਆ ਗਿਆ। ਇਸ ਦੇ ਨਾਲ ਹੀ ਮੁਹੱਲਾ ਕੇਸਰੀ ਬਾਗ ਕਪੂਰਥਲਾ ਸੈਨੀਟਾਈਜ਼ ਕੀਤਾ ਗਿਆ। ਕੋਰੋਨਾ ਟੈਸਟ ਕੈਂਪ ਸਥਾਪਿਤ ਕਰਨਾ ਇੱਕ ਸ਼ਲਾਘਾਯੋਗ ਕਦਮ ਹੈ। ਅਜਿਹੀ ਕੋਸ਼ਿਸ਼ ਨੂੰ ਹਰ ਖੇਤਰ ਹਰ ਸ਼ਹਿਰ ਦੇ ਵਿੱਚ ਸਮੇਂ ਦੀ ਮੰਗ ਅਨੁਸਾਰ ਲਾਜ਼ਮੀ ਬਣਾਇਆ ਜਾਣਾ ਚਾਹੀਦਾ ਹੈ, ਤਾਂ ਹੀ ਕੋਰੋਨਾ ਮਹਾਮਾਰੀ ਦੇ ਪ੍ਰਕੋਪ ਨੂੰ ਰੋਕਿਆ ਜਾ ਸਕਦਾ ਹੈ। ਇਸ ਦੌਰਾਨ ਸਿਹਤ ਵਿਭਾਗ ਦੇ ਡਾਕਟਰ ਅਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕਾਕਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ਅੱਜ ਇਹ ਜਿਹੜਾ ਕੈਂਪ ਮੁੱਖ ਤੌਰ ਤੇ ਜਿਹੜਾ ਕਿ ਕੇਸਰੀ ਬਾਗ ਵਿੱਚ ਹੀ ਲਗਵਾ ਰਹੇ ਹਾਂ, ਜਿਹੜਾ ਕਿ 2-3 ਮੁਹੱਲਿਆਂ ਨੂੰ ਸਾਰਿਆਂ ਨੂੰ ਕਵਰ ਕਰੇਗਾ। ਅਸੀਂ ਰਾਣਾ ਜੀ ਨੂੰ ਬੇਨਤੀ ਕੀਤੀ ਸੀ ਕਿ ਲੋਕਡਾਊਨ ਤੋਂ ਬਾਅਦ ਜਿਹੜੇ ਹੁਣ ਦੁਬਾਰਾ ਕੇਸਿਸ ਜਿਹੜੇ ਇਹ ਵਧਣ ਲੱਗ ਪਏ ਆ, ਇਹਨਾਂ ਨੂੰ ਦੇਖਦੇ ਹੋਏ ਆਪਾਂ ਲੋਕਾਂ ਨੂੰ ਕੁਛ ਅਵੇਅਰ ਕਰੀਏ, ਤਾਂ ਜੋ ਕਿ ਲੋਕ ਆਪਣੇ ਪਰਿਵਾਰਾਂ ਸਮੇਤ ਬਿਲਕੁਲ ਆਪਣਾ ਸੇਫ ਰਹਿਣ, ਆਪਣੇ ਬੱਚਿਆਂ ਨੂੰ ਸੇਫ ਰੱਖਣ, ਆਪਣੇ ਆਪ ਨੂੰ ਸੇਫ ਰੱਖਣ। ਉਹਦੀ ਅਸੀਂ ਰਾਣਾ ਜੀ ਦੇ ਕੋਲ ਬੇਨਤੀ ਕੀਤੀ ਸੀ ਅਤੇ ਉਹਨਾਂ ਨੇ ਬੇਨਤੀ ਨੂੰ ਸਵੀਕਾਰ ਕਰਦਿਆਂ ਹੋਇਆਂ ਸਾਡੇ ਪ੍ਰਸ਼ਾਸਨ ਦੀ ਡਿਊਟੀ ਲਗਾਈ ਔਰ ਲੋਕਾਂ ਨੂੰ ਇੱਥੇ ਅਵੇਅਰ ਕੀਤਾ ਜਾ ਰਿਹਾ ਅੱਜ, ਜਿਹਦੇ ਨਾਲ ਅਸੀਂ ਥੋੜ੍ਹਾ ਸੈਨੀਟਾਈਜ਼ ਵੀ ਕਰ ਰਹੇ ਹਾਂ ਔਰ ਅਸੀਂ ਲੋਕਾਂ ਨੂੰ ਇਹ ਅਪੀਲ ਵੀ ਕਰਦੇ ਹਾਂ ਕਿ ਇਸ ਚੀਜ਼ ਤੋਂ ਡਰੋ ਨਾ। ਕੁਛ ਲੋਕਾਂ ਦੇ ਮਨ ਦੇ ਵਿੱਚ ਡਰ ਆ ਕਿ ਕੋਈ ਟੈਸਟ ਕਰਵਾਉਣ ਦੇ ਨਾਲ ਸ਼ਾਇਦ ਕੋਈ ਸਾਡੇ ਮਤਲਬ ਕਿ ਕੋਈ ਗਲਤ ਰਿਪੋਰਟਾਂ ਆ ਜਾਂਦੀਆਂ ਜਾਂ ਕੁਛ ਵੀ ਆ ਜਾਂਦੀਆਂ। ਤੁਸੀਂ ਆਪਣੇ ਬਚਾਅ ਦੇ ਲਈ ਆਪ ਆਪਣੇ ਆਪ ਅੱਗੇ ਆਓ, ਜਿਹਦੇ ਨਾਲ ਆਪਣੇ ਪਰਿਵਾਰ ਨੂੰ ਤੁਸੀਂ ਸੁਰੱਖਿਅਤ ਰੱਖ ਸਕਦੇ। ਟੈਸਟਿੰਗ ਕਰਵਾਓ ਔਰ ਆਪਣੇ ਆਪ ਸੋਸ਼ਲ ਡਿਸਟੈਂਸਿੰਗ ਰੱਖੋ, ਆਪਣੇ ਆਪ ਦੀ ਸਫਾਈ ਰੱਖੋ ਔਰ ਇਸ ਦੇ ਨਾਲ ਹੀ ਆ ਕੇ ਟੈਸਟ ਵੀ ਕਰਵਾਓ। ਇਹਦੇ ਨਾਲ ਆਪਣੇ ਮਨ 'ਚੋਂ ਡਰ ਕੱਢੋ, ਇਹੀ ਸਾਡੀ ਸਾਰਿਆਂ ਦੇ ਅੱਗੇ ਬੇਨਤੀ ਆ। ਪ੍ਰਸ਼ਾਸਨ ਦੀ ਹਦਾਇਤਾਂ ਮੁਤਾਬਿਕ ਅਸੀਂ ਅੱਜ ਇੱਥੇ ਮੁਹੱਲਾ ਕੇਸਰੀ ਬਾਗ ਕਪੂਰਥਲਾ ਵਿਖੇ ਸੈਂਪਲਿੰਗ ਕਰਨ ਆਏ ਹਾਂ ਅਤੇ ਸੈਂਪਲਿੰਗ ਕਰ ਚੁੱਕੇ ਹਾਂ ਅਤੇ ਆਮ ਜਨਤਾ ਨੂੰ ਇਹੀ ਆਪਾਂ ਸੰਦੇਸ਼ਾ ਦੇਣਾ ਚਾਹਾਂਗੇ ਕਿ ਸੈਂਪਲਿੰਗ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ। ਕੋਵਿਡ ਪੋਜ਼ਿਟਿਵ ਹੋਣਾ ਵੀ ਕੋਈ ਡਰਨ ਦੀ ਗੱਲ ਨਹੀਂ ਹੈ, ਕਿਉਂਕਿ ਸਰਕਾਰ ਕੋਲ ਹਸਪਤਾਲ ਵਿਖੇ, ਸਰਕਾਰੀ ਹਸਪਤਾਲ ਵਿਖੇ ਅਤੇ ਇੱਥੋਂ ਤੱਕ ਕਿ ਪ੍ਰਾਈਵੇਟ ਹਸਪਤਾਲਾਂ ਵਿਖੇ ਵੀ ਇਸ ਦੇ ਇਲਾਜ ਦੇ ਪੁਖਤਾ ਪ੍ਰਬੰਧ ਹਨ।